ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਹਿਮ ਕਦਮ ਚੁੱਕਿਆ ਹੈ। ਆਪ ਨੇ ਆਪਣੇ ਸੰਗਠਨ ਢਾਂਚੇ ਦਾ ਵਿਸਤਾਰ ਕਰਦੇ ਹੋਏ ਸੂਬੇ ਦੇ ਸਿਆਸੀ ਪੜਚੋਲ ਕਮੇਟੀ ਦਾ ਗਠਨ ਕਰਨ ਦੇ ਨਾਲ ਸੂਬਾ ਪੱਧਰੀ, ਹਲਕਾ ਪੱਧਰੀ, ਜ਼ਿਲ੍ਹਾ ਪੱਧਰੀ ਦੇ ਵੱਖ ਵੱਖ ਵਿੰਗਾਂ ਅਤੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ਬਟਾਲਾ ਪੁਲਿਸ ਵੱਲੋਂ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜੋ ਅਸਲਾ ਬਣਾਉਣ ਦੀ ਫੈਕਟਰੀ ਚਲਾ ਰਹੇ ਸਨ। ਪੁਲਿਸ ਨੇ ਇਨ੍ਹਾਂ ਨੌਜਵਾਨਾਂ ਤੋਂ ਕਈ ਹਥਿਆਰ ਵੀ ਬਰਾਮਦ ਕੀਤੇ ਹਨ। SSP ਮੁਤਾਬਕ ਪੁੱਛਗਿੱਛ ਦੌਰਾਨ ਨੌਜਵਾਨਾਂ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੇ ਇਹ ਹਥਿਆਰ ਬਣਾਉਣਾ YouTube ਤੋਂ ਸਿੱਖੇ ਹਨ। ਆਸਟ੍ਰੇਲੀਆ ਤੋਂ ਆਪਣੇ ਪੇਕੇ ਆਈ ਲੜਕੀ ਦੇ ਕਤਲ ਸੰਬੰਧੀ ਆਸਟ੍ਰੇਲੀਆ ਹਾਈ ਕਮਿਸ਼ਨਰ ਦੀ ਟੀਮ ਫਿਰੋਜ਼ਪੁਰ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਨਾਲ ਗੁਪਤ ਮੀਟਿੰਗ ਕੀਤੀ ਹੈ। ਫਿਰੋਜ਼ਪੁਰ ਪੁਲਿਸ ਨੇ ਕਤਲ ਦੇ ਕੁਝ ਘੰਟੇ ਅੰਦਰ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਸੀ। ਇਸ ਦੇ ਦੋ ਮੁਲਜ਼ਮ ਦੀ ਗ੍ਰਿਫਤਾਰੀ ਲਈ ਆਸਟ੍ਰੇਲੀਆ ਸਰਕਾਰ ਨਾਲ ਲਿਖਤੀ ਕਾਰਵਾਈ ਵੀ ਕੀਤੀ ਜਾ ਰਹੀ ਸੀ। ਬੀਤੇ ਦਿਨੀ ਪਾਕਿਸਤਾਨ ਵੱਲੋਂ ਆਏ ਇੱਕ ਜਹਾਜ਼ ਨੂੰ ਭਾਰਤੀ ਜਵਾਨਾਂ ਨੇ ਵਾਪਸ ਪਰਤਣ ਨੂੰ ਮਜਬੂਰ ਕੀਤਾ ਸੀ। ਇਸ ਮਗਰੋਂ ਵੀ ਪਾਕ ਅਜੇ ਆਪਣੀ ਕਰਤੂਤਾਂ ਤੋਂ ਬਾਹਰ ਨਹੀਂ ਆ ਰਿਹਾ, ਜਿਸ ਦੇ ਚਲਦੇ ਬੀਤੀ ਰਾਤ ਫਿਰ ਤੋਂ ਪਾਕ ਵੱਲੋਂ ਇੱਕ ਡਰੋਨ ਭਾਰਤ 'ਚ ਦਾਖਲ ਹੋਇਆ, ਜਿਸ ਨੂੰ ਭਾਰਤੀ ਸੈਨਾ ਨੇ ਖਦੇੜਨ 'ਚ ਕਾਮਯਾਬੀ ਹਾਸਲ ਕੀਤੀ ਹੈ। ਚੋਣਾਂ ਦੇ ਮੌਸਮ 'ਚ ਕਾਲੇ ਧਨ ਤੇ ਸ਼ਿਕੰਜਾ ਜਾਰੀ ਹੈ। ਪ੍ਰਸ਼ਾਸਨ ਨੇ ਤਮਿਲਨਾਡੂ ਤੋਂ 3.5 ਕਰੋੜ ਰੁਪਏ ਬਰਾਮਦ ਕੀਤੇ ਹਨ। ਚੋਣ ਵਿਭਾਗ ਨੇ ਹੁਣ ਤੱਕ 377 ਕਰੋੜ ਰੁਪਏ ਕੈਸ਼ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ 157 ਕਰੋੜ ਦੀ ਸ਼ਰਾਬ, 7.5 ਕਰੋੜ ਦੇ ਡਰੱਗ ਅਤੇ 312 ਕਰੋੜ ਦੀ ਕੀਮਤੀ ਧਾਤਾਂ ਬਰਾਮਦ ਕੀਤੀ ਗਈਆਂ ਹਨ। ਪੰਜਾਬ ਪੁਲਿਸ ਵੱਲੋਂ ਮ੍ਰਿਤਕ ਮਹਿਲਾ ਨੂੰ ਘਸੀਟ ਕੇ ਲੈ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। ਘਟਨਾ ਅੱਜ ਸਵੇਰ ਦੀ ਹੈ ਜਦੋਂ ਪੰਜਾਬ ਹਿਮਾਚਲ ਸਰਹੱਦ ਤੇ ਪਿੰਡ ਬਨਖੰਡੀ ਨੇੜੇ ਅਣਪਛਾਤੀ ਮਹਿਲਾ ਦੀ ਲਾਸ਼ ਬੇਹੱਦ ਖਰਾਬ ਹਾਲਤ ਵਿੱਚ ਮਿਲੀ। ਹੈਰਾਨੀ ਤਾਂ ਉਦੋਂ ਹੋਈ ਜਦੋਂ ਪੁਲਿਸ ਲਾਸ਼ ਨੂੰ ਲਿਜਾਣ ਲਈ ਕਿਸੇ ਵਾਹਨ ਦਾ ਇੰਤਜ਼ਾਮ ਨਾ ਕਰਦੇ ਹੋਏ ਇਸ ਨੂੰ ਰੱਸੀ ਪਾ ਕੇ ਘਸੀਟਦੀ ਹੋਈ ਨਜ਼ਰ ਆਈ। ਭਾਜਪਾ ਕਿਰਨ ਬੇਦੀ ਨੂੰ ਅੰਮ੍ਰਿਤਸਰ ਤੋਂ ਆਪਣਾ ਉਮੀਦਵਾਰ ਬਣਾਉਣਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਕਿਰਨ ਬੇਦੀ ਖੁਦ ਵੀ ਸਰਗਰਮ ਸਿਆਸਤ 'ਚ ਵਾਪਸ ਆਉਣਾ ਚਾਹੁੰਦੀ ਹੈ। 2014 'ਚ ਭਾਜਪਾ ਦੇ ਅਰੁਣ ਜੇਟਲੀ ਅੰਮ੍ਰਿਤਸਰ ਤੋਂ ਚੋਣ ਹਾਰ ਗਏ ਸਨ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਖਡੂਰ ਸਾਹਿਬ ਤੋਂ ਪੰਜਾਬੀ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਆਪਣੇ ਉਮੀਦਵਾਰ ਜਨਰਲ ਜੇ ਸਿੰਘ ਦਾ ਨਾਂ ਵਾਪਸ ਨਹੀਂ ਲਏਗਾ। ਟਕਸਾਲੀ ਲੀਡਰਾਂ ਨੇ ਗੱਠਜੋੜ ਦੀ ਕੋਸ਼ਿਸ਼ਾਂ ਦਾ ਸਵਾਗਤ ਕੀਤਾ ਹੈ ਪਰ ਖਡੂਰ ਸਾਹਿਬ ਤੋਂ ਆਪਣੀ ਉਮੀਦਵਾਰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਫਿਲਮ PM ਨਰਿੰਦਰ ਮੋਦੀ ਦੀ ਰਿਲੀਜ਼ ਇੱਕ ਵਾਰ ਫਿਰ ਟਲ ਗਈ ਹੈ। ਪਹਿਲਾਂ ਫਿਲਮ 12 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ, ਫਿਰ ਇਸ ਦੀ ਰਿਲੀਜ਼ ਡੇਟ ਨੂੰ ਹਫ਼ਤਾ ਅੱਗੇ ਖਿਸਕਾ ਕੇ 5 ਅਪ੍ਰੈਲ ਕੀਤਾ ਗਿਆ। ਹੁਣ ਫਿਰ ਫਿਲਮ 12 ਅਪ੍ਰੈਲ ਨੂੰ ਹੀ ਰਿਲੀਜ਼ ਹੋ ਰਹੀ ਹੈ। ਜੰਮੂ ਕਸ਼ਮੀਰ 'ਚ ਸੁਰੱਖਿਆ ਕਾਰਨਾਂ ਕਰਕੇ ਬਾਰਾਮੂਲਾ ਤੋਂ ਉਧਮਪੁਰ ਤੱਕ ਦੇ ਨੈਸ਼ਨਲ ਹਾਈਵੇ 'ਤੇ ਹਫ਼ਤੇ 'ਚ ਐਤਵਾਰ ਅਤੇ ਬੁੱਧਵਾਰ ਨੂੰ ਉਧਮਪੁਰ ਹਾਈਵੇ 'ਤੇ ਨਿੱਜੀ ਵਾਹਨਾਂ ਦੀ ਆਉਣ ਜਾਣ 'ਤੇ ਰੋਕ ਲੱਗੇਗੀ। ਇਸ ਦਿਨ ਹਾਈਵੇ 'ਤੇ ਸੈਨਿਕਾਂ ਦਾ ਕਾਫਲਾ ਲੰਘੇਗਾ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।